ਦਿੱਤਾ ਗਿਆ, ਸੰਗਲ ਕੱਟਣ ਦੀ ਕੋਸ਼ਿਸ਼ ਹੈ, ਆਹ ਸੰਗਲ ਕੱਟਿਆ ਜਾ ਰਿਹਾ, ਸੰਗਲ ਪੂਰੀ ਤਿਆਰੀ ਹੈ, ਸੰਗਲ ਕੱਟਿਆ ਜਾ ਰਿਹਾ। ਆਹ ਬਿੱਟੋ ਜੀ ਪਹਿਲੇ ਤੇ ਇਹਨਾਂ ਦੀ ਵੀ ਤਿਆਰੀ ਹੈ। ਲੋਕਤੰਤਰ ਦੀ ਖਾਸੀਅਤ ਆ, ਜਦੋਂ ਵੀ ਕੋਈ ਸਾਡੀ ਸਰਕਾਰ ਸੀ ਤਾਂ ਆਮ ਆਦਮੀ ਪਾਰਟੀ ਵਾਲੇ ਜਿਹੜੀਆਂ ਵੀ ਚੀਜ਼ਾਂ ਪੂਰੀਆਂ ਨਹੀਂ ਸੀ ਉਹਨਾਂ ਬਾਰੇ ਪ੍ਰਦਰਸ਼ਨ ਕਰਦੇ ਸੀ। ਅਕਾਲੀ ਦਲ BJP ਦੀ ਸੀ, ਆਹੀ ਜਗ੍ਹਾ ਅਸੀਂ ਇਸੇ ਤਰੀਕੇ ਨਾਲ ਉਰੇ ਤਾਲੇ ਲਾਉਣ ਆਉਂਦੇ ਸੀਗੇ। ਹੁਣ ਆਮ ਆਦਮੀ ਦੀ 2 ਸਾਲ ਹੋ ਗਏ, ਅਸੀਂ ਸਿਰਫ ਕਿਉਂਕਿ ਉਰੇ ਇਸ ਤਰੀਕੇ ਨਾਲ ਹੋ ਰਿਹਾ ਬਈ ਕਿਸੇ ਵੀ ਦੁਕਾਨ ਆ ਉਹਨੂੰ ਚੁਣ ਲਿਆ ਜਾਂਦਾ, ਉੱਤੇ ਅਲੀਬਾਬਾ 44 ਚੋਰਾਂ ਵਾਂਗੂ ਉਹਨੂੰ ਮਾਰਕ ਕਰ ਦਿੰਦਾ, ਕ੍ਰੋਸ ਮਾਰਿਆ ਜਾਂਦਾ ਵੀ ਇਹ ਦੁਕਾਨ ਆ ਜਿਹੜੀ ਬੰਦ ਕਰਨੀ ਆ, ਤਾਲਾ ਲਾਉਣਾ ਹੈ। ਜਿਹੜੀਆਂ ਨਾਲ 9 ਹੁੰਦੀਆਂ ਉਹ ਸਿੱਧੇ ਹੋ ਜਾਣ ਬਈ, ਜਿੱਥੇ ਵੀ ਉਹਨਾਂ ਨੇ ਦੇਣ ਲੈਣ ਕਰਨਾ ਹੁੰਦਾ ਉਹ ਕਰ ਲੈਂਦੇ ਆ ਅਤੇ ਉਹਨੂੰ ਫਿਰ ਖੋਲ੍ਹ ਦਿੰਦੇ ਆ ਤਾਲਾ। ਇਸੇ ਤਰੀਕੇ ਨਾਲ MLA ਸਾਹਿਬ ਕਿਸੇ ਵੀ ਤਾਲਾ ਲਵਾ ਕੇ ਫਿਰ ਆਪ ਤਾਲੇ ਹੀ ਤੋੜਨ ਆ ਜਾਂਦੇ ਆ, ਕੋਈ ਉਹ 'ਤੇ ਕਾਰਵਾਈ ਨਹੀਂ। ਮੈਂ ਲਗਾਤਾਰ ਕਮਿਸ਼ਨਰ ਸਾਹਿਬ ਨੂੰ, DC ਸਾਹਿਬ ਨੂੰ ਸਤੰਬਰ ਮਹੀਨੇ ਦੀਆਂ ਮੈਂ ਚਿੱਠੀਆਂ ਲਿਖ ਰਿਹਾ ਵੀ ਬੱਸਾਂ ਦਾ ਪਤਾ ਨਹੀਂ ਲੱਗਿਆ ਕਿੱਧਰ ਉਹ ਗਾਇਬ ਹੋ ਕੇ ਵੱਢ ਟੁੱਕ ਕੇ ਕਿੱਧਰ ਕੀ ਬਣ ਗਿਆ ਉਹਨਾਂ ਦਾ। ਅੱਜ NOC ਉਹਦਾ ਰੋਜ਼ ਕਹਿ ਦਿੰਦੇ ਆ, ਪਰ ਉਹਦੇ ਨਾਲ ਜੋ ਲੁੱਟ ਹੋ ਰਹੀ ਆ, ਜੋ ਮਹਿਕਮਾ ਲੁੱਟ ਕਰ ਰਿਹਾ NOC ਦੇ ਨਾਂ 'ਤੇ, ਕਿਤੇ ਇਹਦਾ ਬਿਜਲੀ ਕਨੈਕਸ਼ਨ ਨਹੀਂ ਲੱਗ ਰਿਹਾ। ਜੇ ਗੱਲ ਕਰੋ ਨੀਲੇ ਕਾਰਡ, 5,000 ਨੀਲਾ ਕਾਰਡ ਇੱਕ ਵਿਧਾਨ ਸਭਾ ਹਲਕੇ ਦਾ ਕੱਟਤਾ, ਮਤਲਬ ਘੱਟੋ ਘੱਟ 30,000 ਕਾਰਡ ਆ ਜਿਹੜਾ ਇਕੱਲਾ ਸ਼ਹਿਰ ਦਾ ਕੱਟਿਆ ਗਿਆ। ਉਦੋਂ ਬਾਅਦ ਜੇ ਮੈਂ ਗੱਲ ਕਰਾਂ ਕਿਸੇ ਵੀ ਕਾਰਪੋਰੇਸ਼ਨ ਦੇ ਵਿੱਚ ਕੋਈ ਵੀ ਜਿਹੜੇ ਪਾਰਕ ਨੇ ਉਹਨਾਂ ਨੂੰ ਦੁਬਾਰਾ ਪੱਟੀ ਜਾਂਦੇ ਆ, 1,00,000 ਰੁਪਏ ਉਹ 'ਤੇ ਲਾਈ ਜਾਂਦੇ ਆ। ਇਸੇ ਤਰੀਕੇ ਨਾਲ 1.5-2 ਕਰੋੜ ਦੇ ਇਹਨਾਂ ਨੇ ਬੂਟੇ ਲਾ ਤੇ, ਉਹ ਕਿਤੇ ਦਿਖ ਨਹੀਂ ਰਹੇ। ਉਦੋਂ ਬਾਅਦ ਜੇ ਗੱਲ ਕਰਾਂ 40 ਕੰਪੈਕਟਰ ਸੀ ਉਹ ਲੱਗੇ ਨਹੀਂ, ਜਿਹੜਾ ਗੰਦ ਇਕੱਠਾ ਕਰਨਾ, ਜਿੱਥੇ ਲੱਗੇ ਆ ਉੱਥੇ 1,000 ਰੁਪਈਆ ਕੂੜਾ ਸਿੱਟਣ ਦਾ ਉਹ ਮੰਗਦੇ ਆ। ਅਤੇ ਸਭ ਤੋਂ ਵੱਡੀ ਗੱਲ, ਕਦੇ ਵੀ ਨਹੀਂ ਹੋਇਆ ਸੀ 95 ਕੌਂਸਲਰ ਨੇ ਯਾਰ ਸਾਰੇ ਸ਼ਹਿਰ ਦੇ, ਜਿਨ੍ਹਾਂ ਨੇ ਹਰ ਮਰਨ ਜੋਣ ਦਾ ਸਰਟੀਫਿਕੇਟ, ਹਰ ਦੁੱਖ ਸੁੱਖ ਦਾ ਨਿਵਾਰਨ ਕਰਨਾ ਆਪਣੇ ਏਰੀਏ 'ਚ, ਉਹ ਇੱਕ ਰਖਨੇ 'ਚ 6 MLA ਨੇ ਕਾਰਪੋਰੇਸ਼ਨ ਕਮਿਸ਼ਨਰ ਤੋਂ ਮੋਹਰਾਂ ਲੈ ਕੇ ਉਹ 'ਚ ਖੋ ਕੇ ਉਹ ਇੱਕ ਡੱਬੇ 'ਚ ਰੱਖਤੀਆਂ ਜਿਹੜੀਆਂ ਅੱਜ ਲੈਣ ਗਏ ਸੀ। ਪਰ MLA ਕੰਮ ਤਾਂ ਕਰ ਰਹੇ ਨੇ ਸਰ? ਨਹੀਂ, MLA ਮੇਰੀ ਗੱਲ ਸੁਣੋ, MLA ਬਿਲਕੁਲ ਕੰਮ ਕਰ ਰਹੇ ਆ, ਉਹ ਬਿਲਕੁਲ ਜਿਹੜੀਆਂ ਦੁਕਾਨਾਂ ਹੈ ਉਹ ਸੀਲ ਕਰਵਾ ਰਹੇ ਆ ਅਤੇ ਉਹਨਾਂ ਨੂੰ ਫਿਰ ਖਲਵਾ ਰਹੇ ਆ, ਦੇਖੋ ਕਿੱਡਾ ਵੱਡਾ ਕੰਮ ਕਰ ਰਹੇ MLA। ਫਿਰ ਜਿਹੜੀ NOC ਜਿਹਦੇ ਵਿੱਚ ਸਰਕਾਰ ਨਹੀਂ ਕਰ ਰਹੀ ਉਹਨੂੰ ਬੰਦਿਆਂ ਨੂੰ ਭੇਜਦੇ ਆ ਵੀ ਆਹ NOC ਜਾਲੀ ਕਰ ਦਿਓ, ਬਿਲਕੁਲ ਕੰਮ ਕਰ ਰਹੇ ਆ, ਇਹ 'ਚ ਕੋਈ ਸ਼ੱਕ ਨਹੀਂ। ਇਸੇ ਤਰੀਕੇ ਨਾਲ ਜਿੱਥੇ ਲਾਇਸੈਂਸ ਬਣ ਰਹੇ ਆ ਉੱਥੇ ਕੋਈ ਲਾਇਸੈਂਸ ਨਹੀਂ ਬਣਾ ਰਿਹਾ, ਉੱਥੇ ਜੇ ਕੋਈ ਜੈਨੂਅਨ ਕੰਮ ਆ ਕਿਸੇ ਦਾ ਵੀ, ਕਾਰਪੋਰੇਸ਼ਨ ਦੇ ਵਿੱਚ ਕੋਈ ਸੜਕ ਬਣਾਉਣੀ ਆ, ਉਹ 2-2 ਕਰੋੜ ਰੁਪਏ ਦੀਆਂ ਗਿੱਲ ਰੋਡ ਜਿਵੇਂ ਬਣ ਗਈ, ਸਭ ਤੋਂ ਮਹਿੰਗੀ ਰੋਡ ਬਣੀ ਆ ਉਹ, ਅਤੇ ਵਿਦਇਨ 2 ਮਹੀਨੇ ਉਹ ਸੜਕ ਟੁੱਟ ਗਈ, ਉਹ ਤੁਹਾਡੇ ਮੀਡੀਆ ਨੇ ਆਪ ਹੀ ਦਿਖਾਇਆ, ਮੈਂ ਤਾਂ ਕਹਿ ਨਹੀਂ ਰਿਹਾ। ਉਹ ਜਿਹੜੀ ਹੈਬੋਵਾਲ ਵਾਲੀ ਅਤੇ ਹੰਬੜਾਂ ਵਾਲੀਆਂ ਜਿਹੜੀਆਂ, ਉਦੋਂ ਬਾਅਦ ਬੁੱਢਾ ਦਰਿਆ ਏ ਉਹਨੂੰ ਆਪਾਂ ਸਾਫ਼ ਕਰ ਲਈ, 650 ਕਰੋੜ ਰੁਪਈਆ ਦਿੱਤਾ, ਹੁਣ ਕੀ ਹੋ ਰਿਹਾ, 14 ਕਰੋੜ ਰੁਪਏ ਦੀ ਸਾਰੀ ਜਿਹੜੀ ਜਾਲੀ ਆ ਉਹ ਤੋੜਤੀ, ਉਹ ਕਿਸ ਖਾਤੇ 'ਚ, ਉਹ ਢਾਹ ਢੇਰੀ ਕਰਤੀ। ਅਤੇ ਜਿਹੜਾ ਵੀ ਜੀ ਕਰਦਾ ਨਾਲਾ ਦਰਿਆ ਉਹਨੂੰ ਸਾਫ਼ ਕਰਨ ਦੀ ਬਜਾਏ ਉਹਨੂੰ ਜਿੰਨਾ ਜੀ ਕਰਦਾ ਇਨਕਰੋਚ ਕੀਤਾ ਜਾ ਰਿਹਾ, ਅਤੇ ਮੁੜ ਕੇ ਬਰਸਾਤਾਂ ਆ ਜਾਣੀਆਂ, ਪਾਣੀ ਕਿੱਥੇ ਜਾਣਾ? 14 ਕਰੋੜ ਦੀ ਜਾਲੀ ਜਿਹੜੀ ਲੱਗੀ ਸੀ ਤੁਹਾਡੇ ਕਾਰਜਕਾਲ ਤੇ ਲੱਗੀ, ਮੈਂ ਤਾਂ ਉਹੀ ਕਹਿਣਾ, ਟਾਈਮ ਲੱਗੀ ਸੀ, ਤੁਸੀਂ ਪਰਚਾ ਕਰਾ ਸਕਦੇ ਹੋ? ਮੈਂ ਸੰਪਤੀ ਤੇ ਪੰਜਾਬ ਸਰਕਾਰ ਦੀ, ਬਿਲਕੁਲ ਬਿਲਕੁਲ ਗੱਲ ਤੁਹਾਡੀ ਠੀਕ ਆ, ਉਹ 14 ਕਰੋੜ ਦੀ ਜਦੋਂ ਲੱਗੀ, ਇੱਕ ਮਿੰਟ, ਜਦੋਂ ਲੱਗੀ ਸੀ ਇਹ ਵੀ ਉੱਥੇ ਕੌਂਸਲਰ ਸੀ ਉਸ ਵੇਲੇ, ਜਿਹੜੇ ਹੁਣ MLA ਨੇ ਇਹ ਵੀ ਉਸੇ ਪਾਰਟੀ ਸੀ ਇਹਨਾਂ ਨੇ ਆਪ। ਅਤੇ ਦੂਜੀ ਗੱਲ, ਉਦੋਂ ਬਾਅਦ ਅਸੀਂ ਕਹਿ ਕੇ ਆਹੀ ਤਾਂ ਮੈਂ ਕਹਿੰਦਾ ਨਾ, ਮੈਂ ਇਹੀ ਤਾਂ ਕਹਿੰਦਾ ਵੀ ਮੈਂ ਲੈਟਰਾਂ ਲਿਖ ਲਿਖ ਥੱਕ ਗਿਆ ਇਹਨਾਂ ਨੂੰ ਵੀ ਇਹ 'ਤੇ ਕਾਰਵਾਈ ਕਰੋ, ਕਰਦੇ ਹੀ ਨਹੀਂ। ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ ਮੈਂ ਸਤੰਬਰ ਦੀਆਂ
ਨਵੰਬਰ ਦੀਆਂ ਦਸੰਬਰ ਦੀਆਂ ਮੇਰੀਆਂ ਲੈਟਰਾਂ ਲਿਖੀਆਂ ਹੋਈਆਂ ਨੇ ਵੀ ਬੱਸਾਂ ਚੋਰੀ ਹੋ ਗਈਆਂ, ਉਹਦਾ ਕੋਈ ਹਿਸਾਬ ਨਹੀਂ। ਉਦੋਂ ਬਾਅਦ ਇਹ ਇਕੱਲੀ ਇਹ ਨਹੀਂ ਗੱਲ, ਇੰਨੀਆਂ ਇੰਨੀਆਂ ਮਹਿੰਗੀਆਂ ਮਸ਼ੀਨਾਂ ਲੈ ਲਈਆਂ, ਜਿਹੜਾ ਪੈਚ ਵਰਕ ਲਈ 6 ਕਰੋੜ ਦੀ, ਕਿਤੇ ਪੈਚ ਵਰਕ ਹੋਇਆ ਹੈ ਉਹ ਲਈ ਤਾਂ ਹੈ ਵੀ ਉਹ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗੇ ਪੈਚ ਲਾ ਦਿਓ। ਇਹ ਤਾਂ MLA ਪੈਚ ਵਰਕ ਵਾਲੇ ਆ, ਖੈਰ ਇਹਨਾਂ ਤੋਂ ਸੜਕ ਤਾਂ ਕਿੱਥੇ ਬਣਨੀ ਆ, ਪਰ ਪੈਚ ਵਰਕ ਵੀ ਜਿਹੜਾ ਕਿਤੇ ਉਹ ਵੀ ਹੋ ਨਹੀਂ ਰਿਹਾ। ਉਦੋਂ ਬਾਅਦ ਉਹ ਗੱਲ ਛੱਡੋ, ਜਿਵੇਂ ਕਿ ਲੋਕਤੰਤਰ 'ਚ ਅਸੀਂ ਬੁਢਾਪਾ ਪੈਨਸ਼ਨ ਕਿੰਨੀ ਸੀ, 1500 ਤੋਂ 2500 ਕਰਨੀ ਸੀ, ਉਹ ਮੰਗਣ ਆਏ ਸੀ। 1000 ਰੁਪਈਆ ਜਿਹੜਾ ਲੇਡੀਜ਼ ਨੂੰ ਦੇਣਾ ਸੀ ਉਹ ਮੰਗਣ ਆਏ ਸੀ। ਅਤੇ ਅੱਜ ਤੁਸੀਂ ਵਿਜੂਅਲ ਦੇਖਿਓ ਕਿਸੇ ਵੇਲੇ ਡੈਮੋਕ੍ਰੇਸੀ 'ਚ ਯਾਰ ਐਂ ਨਹੀਂ ਹੋਇਆ ਵੀ ਹੱਥ ਕੱਢਣ ਵਾਲੀਆਂ ਵੱਢਣ ਵਾਲੀਆਂ ਮਸ਼ੀਨਾਂ ਅੰਦਰੋਂ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਸੀ, ਪੁਲਿਸ ਵਾਲਿਆਂ ਦਾ ਕੰਮ ਆ ਸਾਡੇ 'ਤੇ ਡੰਡੇ ਚਲਾਉਂਦੇ, ਅਥਰੂ ਗੈਸ ਸਿੱਟਦੇ, ਪਾਣੀ ਮਾਰਦੇ ਸਾਨੂੰ ਜੇ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ। ਤਾਂ ਉਹ ਪੁਲਿਸ ਵਾਲਿਆਂ ਨੇ ਸਾਨੂੰ ਕੁਛ ਨਹੀਂ ਕਿਹਾ, ਅਸੀਂ ਅੰਦਰ ਜਾ ਕੇ ਜਦੋਂ ਗਰਿੱਲਾਂ ਨੂੰ ਹੱਥ ਪਾਇਆ ਏ, ਮੈਂ ਸੀ, ਆਸ਼ੂ ਜੀ ਸੀ ਉਹਦੇ ਵਿੱਚ, ਸੰਜੇ ਤਲਵਾਰ ਸੀ ਸਾਡੇ ਡਿਸਟ੍ਰਿਕਟ ਦੇ ਯੂਥ ਪ੍ਰਧਾਨ ਸੀ, ਮਹਿਲਾ ਪ੍ਰਧਾਨ ਸੀ ਸਾਰੇ ਅਸੀਂ, ਕਿਉਂਕਿ ਯੂਥ ਨੂੰ ਪਿੱਛੇ ਰੱਖਿਆ ਸੀ। ਉਹ ਮਸ਼ੀਨ ਲੈ ਕੇ ਅੰਦਰੋਂ ਉਹਨੂੰ ਚਿੰਗਿਆਰੀਆਂ ਕੱਢਦਾ ਆਇਆ, ਜਿਵੇਂ ਅਹਿਮਦ ਸ਼ਾਹ ਅਬਦਾਲੀ ਵੇਲੇ ਹੱਥ ਵੱਢ ਦਿੱਤੇ ਜਾਂਦੇ ਸੀ, ਗੋਰਿਆਂ ਵੇਲੇ ਵੱਢ ਦਿੱਤੇ ਜਾਂਦੇ ਸੀ, ਇਹ ਕੰਮ ਤਾਂ ਹਰਿਆਣੇ ਦੇ ਬਾਰਡਰ 'ਤੇ ਨਹੀਂ ਹੋਇਆ। ਉਹ ਮਸ਼ੀਨ ਲਿਆ ਕੇ ਪਹਿਲਾਂ ਉਹਨੇ ਅੱਗ ਕੱਢੀ, ਅੱਗ ਦੇ ਚਿੰਗਿਆਰੇ ਸਾਰੇ ਸਾਡੀ ਅੱਖਾਂ 'ਚ ਪਏ, ਉਹ ਅਸੀਂ ਕਿਹਾ ਪਤਾ ਨਹੀਂ ਇਹ ਕਿੱਥੋਂ ਆ ਗਿਆ ਜਾਂ ਕੀ ਹੈ। ਫਿਰ ਜਦੋਂ ਉਹਨੇ ਆ ਕੇ ਅੱਗੇ ਉਸ ਉਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਜਿਹੜੇ ਸੰਗਲ ਨੇ ਉਹ ਵੱਢਣ ਦੀ ਕੋਸ਼ਿਸ਼ ਕੀਤੀ, ਉਦੋਂ ਬਾਅਦ ਅਸੀਂ ਇੱਕ ਦੂਜੇ 'ਤੇ ਹੱਥ ਰੱਖ ਲਏ, ਆਸ਼ੂ ਸੰਜੇ ਜਾਵਰ ਸਾਰੇ ਅਸੀਂ ਆਪਦੇ ਇੱਕ ਦੂਜੇ ਦੇ ਉੱਤੇ ਹੱਥ ਰੱਖ ਲਏ। ਉਹ ਫਿਰ ਮਸ਼ੀਨ ਲੈ ਕੇ ਆ ਰਿਹਾ, ਵਿਜੂਅਲ ਆਉਣਗੇ, ਉਹ ਮਸ਼ੀਨ ਚਲਾਉਣ ਰਹਿ ਰਿਹਾ ਵੀ ਇਹ ਹੱਥ ਪਹਿਲੀ ਵਾਰ ਹੋਇਆ ਵੀ ਇਹ ਸਾਡੇ ਖਿਲਾਫ਼ ਪੈਨਸ਼ਨ ਮੰਗਣ ਲਈ, 1000 ਰੁਪਈਆ ਮੰਗਣ ਲਈ, ਨੀਲੇ ਕਾਰਡ ਮੰਗਣ ਲਈ, NOC ਮੰਗਣ ਲਈ ਹੱਥ ਉੱਠ ਰਹੇ, ਇਹਨਾਂ ਨੂੰ ਵੱਢ ਹੀ ਦਈਏ। ਇਹ ਬਦਲਾਅ ਆਏ ਅਤੇ ਜੇ ਇੱਕ ਕੋਈ ਪੁਰਾਣਾ ਆਫਿਸਰ ਸੀਗਾ ਪੁਲਿਸ ਦਾ ਜਿਹਨੇ ਉਹਨੂੰ ਸਮਝਾਇਆ, ਅਰੇ ਵੀ ਤੂੰ ਕੀ ਕਰਨ ਲੱਗਿਆ, ਕੰਮ ਕੀ ਕਰਨ ਲੱਗਿਆ, ਤੂੰ ਬਚਣਾ ਹੀ ਨਹੀਂ 307 ਦੇ ਮੁਕੱਦਮੇ 'ਚ, ਤੂੰ ਤਾਂ ਅਟੈਂਪਟ ਟੂ ਮਰਡਰ ਕਰ ਰਹੇ ਹਾਂ। ਸੰਜੇ ਤਲਵਾਰ ਦਾ ਹੱਥ ਵੱਢਿਆ ਵੀ ਗਿਆ ਅਤੇ ਉਹ ਮਸ਼ੀਨ ਤੁਹਾਡੇ ਵੀ ਸੱਟ ਲੱਗੀ ਹੈ? ਨਹੀਂ, ਮੈਂ ਤਾਂ ਅਸੀਂ ਤਾਂ ਬੰਬ ਗੋਲਿਆਂ ਤੋਂ ਨਹੀਂ ਡਰੇ, ਇਹਨਾਂ ਮਸ਼ੀਨਾਂ ਤੋਂ ਕੀ ਡਰਾਂਗੇ। ਉਹ ਮੈਂ ਕਦੇ ਕਹਿੰਦਾ ਨਹੀਂ ਗਾ, ਨਾਮ ਕੜਾ ਕਦੇ ਕਹਿਣਾ ਚਾਹੀਦਾ। ਸੱਟ ਲੱਗੀ ਹੈ ਸਰ? ਮੈਂ ਕਿਹਾ ਸੱਟ ਲੱਗੀ ਹੈ ਸਰ? ਕੋਈ ਪਰਵਾਹ ਨਹੀਂ ਲੱਗੀ ਹੈ। ਮੈਂ ਕਿਹਾ ਕੁਛ ਵੀ ਲੱਗਿਆ ਹੋਵੇ, ਕੋਈ ਐ ਖਿੜੇ ਹੋਏ ਆ ਸਰ, ਲੱਗੀ ਹੈ ਸੱਟ? ਸੱਟ ਲੱਗੀ ਹੋਈ ਨਹੀਂ, ਸੱਟ ਮਾਰਾਂਗੇ ਇਹਨਾਂ ਦੇ ਦਿਲ 'ਤੇ, ਸੱਟਾਂ ਮਾਰਾਂਗੇ ਦਿਲ 'ਤੇ। ਇਹ ਲੋਕਾਂ ਦੇ ਜਿਹੜਾ ਇਹ ਰਵੱਈਆ ਕਦੇ ਦੇਖਿਆ? ਅਸੀਂ ਤਾਂ ਯਾਰ ਸ਼ਹੀਦ ਪਰਿਵਾਰ ਦੇ ਹਾਂ, ਖਿੜ ਕੇ ਉਹ ਥੋੜ੍ਹਾ ਬਹੁਤ ਹੱਥ ਲੱਗ ਜਾਂਦਾ ਹੈ, ਉਹ ਕੋਈ ਫਰਕ ਨਹੀਂ ਹੈ। ਪਰ ਗੱਲ ਇਹ ਆ ਇਹਦਾ ਜਵਾਬ ਕਾਰਪੋਰੇਸ਼ਨ ਕਮਿਸ਼ਨਰ ਅਤੇ MLA ਦੇਣ ਵੀ ਇਹ ਮਸ਼ੀਨ ਅੱਜ ਤੱਕ ਕਿੱਥੋਂ ਯੂਜ਼ ਹੋਈ ਆ, ਵੀ ਇਹ ਹੱਥ ਵੱਢਣ ਲਈ ਇਹ ਮਸ਼ੀਨ ਕਿੱਥੋਂ ਲਿਆਂਦੀ। ਯਾਰ ਤਾਲਾ ਕੋਈ ਲਾਉਂਦਾ ਏ, ਉਹਨੂੰ ਬਾਅਦ 'ਚ ਜਦੋਂ ਖੋਲ੍ਹ ਦਿੰਦੀ ਆ ਕਾਰਪੋਰੇਸ਼ਨ, 5 ਮਿੰਟ 'ਚ ਐਜੂਕੇਸ਼ਨ ਹੁੰਦਾ ਇਹ ਧਰਨਾ, ਇਹ ਮਸ਼ੀਨ ਆਈ ਕਿੱਥੋਂ ਅੰਦਰ ਦਫ਼ਤਰ 'ਚ? ਮਸ਼ੀਨ ਕਿਹਨੇ ਮੰਗਾਈ,